ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਬੀੜੀ ਪੀ ਰਿਹਾ। ਜੀ ਹਾਂ, ਅੱਗ ਦੀ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਹੈ। ਲੁਧਿਆਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਪੱਗ ਬਣ ਕੇ ASI DC ਦਫ਼ਤਰ ਲੁਧਿਆਣਾ ਦੀ ਪਾਰਕਿੰਗ ਦੇ ਵਿੱਚ ਬੀੜੀ ਪੀ ਰਿਹਾ ਸੀ। ਜਿਵੇਂ ਲੋਕਾਂ ਨੇ ਵੇਖਿਆ ਤਾਂ ਲੋਕਾਂ ਨੇ ਸਵਾਲ ਪੁੱਛ ਕੇ ਇਸ ਮੁਲਾਜ਼ਮ ਦੀ ਰੇਲ ਬਣਾ ਦਿੱਤੀ। ਤਾਂ ਅੱਗੋਂ ਸੁਣੋ ਇਹ ਮੁਲਾਜ਼ਮ ਕੀ ਕਹਿ ਰਿਹਾ। ਘਰ ਦੇ ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਅੱਜ ਕੱਲ੍ਹ। ਭਾਅ ਜੀ ਕੀ ਨਾਂ ਜੀ ਆਪਣਾ? ਤੁਸੀਂ ਕੀ ਲੈਣਾ? ਅਸੀਂ ਲੈਣਾ, ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ? ਇੱਥੇ ਗ੍ਰੰਥ ਸਾਹਿਬ ਖੋਲ੍ਹੀ ਬੈਠਾ। ਅੱਛਾ, ਤਾਂ ਮਤਲਬ ਬੀੜੀ ਪੀਓਗੇ ਤੁਸੀਂ? ਪੱਗ ਸਿਰ 'ਤੇ ਰੱਖ ਕੇ, ਦਾੜੀ ਰੱਖ ਕੇ? ਮੀਡੀਆ ਹਾਂਜੀ, ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰੇਆਮ? ਮੈਂ ਲੈ ਰਿਹਾ, ਮੈਂ ਸਿੱਖ ਹਾਂ, ਮੈਨੂੰ ਬੁਰਾ ਲੱਗਿਆ। ਆਪਣਾ ਕੰਮ ਕਰ। ਮੈਂ ਕੰਮ ਹੀ ਕਰ ਰਿਹਾ ਆਪਣਾ। ਹੋਰ ਨਾ ਕਦੇ ਲੋਕਾਂ ਨੂੰ ਡਰਾਇਆ ਕਰੋ। ਕੀ ਕਹਿਣਾ ਚਾਹੋਗੇ? ਤੂੰ ਮੇਰੇ ਤੋਂ ਹੋਰ ਨਾਲ ਥੋੜ੍ਹੀ ਕਹਿੰਦਾ, ਕੀ ਕਹਿਣਾ ਚਾਹੂੰਗਾ? ਤੂੰ ਗਾਹਾਂ DC ਲੱਗਿਆ ਤੇਰੇ ਇੱਥੇ ਪੱਗ ਜੀ ਖਿਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਭਿੰਡਰਾਂ ਵਾਲਾ। ਤੁਸੀਂ ਬੀੜੀ ਪੀ ਰਹੇ ਹੋ, ਸਰਦਾਰ ਹੋ ਗਿਆ, ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ? ਸ਼ਰਮ ਕਰੋ ਆਪਣੇ ਆਪ ਨੂੰ, ਬੰਦਿਆਂ ਵਾਲੀ ਤੁਸੀਂ ਗੱਲ ਕਰੋ, ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ? ਇੱਕ ਉਹਦੇ ਇਲੈਕਸ਼ਨ ਡਿਊਟੀ ਲੱਗੀ ਤੋਂ ਯਾਰ ਥੋੜੇ ਕੋਲ ਕੀ, ਅਸੀਂ ਕੋਈ ਬੈਠ ਨਹੀਂ ਬੈਠ ਸਕਦੇ ਕੀ? ਮੈਂ ਕੀ ਕਰਾਂ ਇਹਨੂੰ? ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ, ਉਹ ਤਾਂ ਦਿਖਾ, ਲੋਕਾਂ ਨੂੰ ਦਿਖਾਓ। ਉਹ ਲੋਕਾਂ ਨੂੰ ਦੇਖਣੀ ਆ, ਲੋਕਾਂ ਨੇ ਦੇਖਣੀ ਹੈ, ਦੇਖੀ ਜਾਂਦੇ ਫਿਰ ਅਸੀਂ ਤੇ ਲੋਕਾਂ 'ਚ ਫਿਰਦੇ ਹਾਂ ਸਾਰਾ ਦਿਨ। ਮੈਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਹੈ ਇੱਥੇ? ਮੇਰੀ ਕੋਈ ਡਿਊਟੀ ਨਹੀਂ ਹੈ। ਨਹੀਂ ਇੱਥੇ ਕੀ ਕਰਨ ਆਇਆ ਤੁਸੀਂ? ਅੱਜ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਉੱਚ ਅਧਿਕਾਰੀ ਨੂੰ? ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ, ਪ੍ਰੋਬਲਮ ਹੈ ਸਾਨੂੰ ਕੀ? ਤੁਹਾਨੂੰ ਕੀ? ਤੁਸੀਂ ਬੀੜੀ ਪੀ ਰਹੇ ਹੋ ਬਹਿ ਕੇ ਸਭ ਦੇ ਵਿੱਚ ਸਾਰਵਜਨਿਕ ਸਥਲ ਤੇ, ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਨਾਲ ਤੁਸੀਂ ਬਾਥਰੂਮ ਦੇ ਕੋਲ ਬੈਠੇ? ਨਹੀਂ, ਬਾਥਰੂਮ ਕਿੱਥੇ ਬੈਠੇ? ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬਹਿ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ? ਤੂੰ ਚਾਹੇ ਜੋ ਮਰਜ਼ੀ ਕਹੀ ਜਾ, ਬੀੜੀ ਪੀਤੇ ਪਿਲਾਈ ਆ, ਤੂੰ ਜੋ ਮਰਜ਼ੀ ਪਿਲਾਈ ਜਾ ਲੋਕਾਂ ਨੂੰ, ਮੈਂ ਕੀ ਲੈਣਾ? ਚਲੋ ਆਪਣਾ ਸਿਸਟਮ ਆ, ਠੀਕ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ।